ਰਾਈਟ ਸੋ ਅੱਜ ਦਾ ਦਿਨ ਆਪਣਾ ਮੌਸਮ ਹੈਗਾ ਥੋੜਾ ਠੀਕ ਨਾ ਜ਼ਿਆਦਾ ਠੰਡਾ ਤੇ ਸਨਲਾਈਟ ਵੀ ਨਿਕਲੀ ਹੋਈ ਹੈ ਸੋ ਆਈ ਥੋਟ ਕਿ ਅੱਜ ਦਾ ਦਿਨ ਵਧੀਆ ਰਹੇਗਾ ਅਗਰ ਮੈਂ ਗੱਡੀ ਦੀ ਰਿਵਿਊ ਵੀਡੀਓ ਬਣਾਵਾਂ ਕਿਉਂਕਿ ਮੇਰੀ ਗੱਡੀ ਹੈਗੀ ਜਿਹੜੀ ਫੋਰਡ ਫਿਊਜ਼ਨ 2017 SC 4-door ਮੈਨੂੰ ਕਹਿੰਦੇ ਨੇ ਲੋਡ ਤੇ ਇਹ ਗੱਡੀ ਮੈਨੂੰ ਚਲਾਉਂਦੇ ਅਰਾਊਂਡ 1.5 ਸਾਲ ਹੋ ਚੁੱਕਾ ਹੈ ਦੋ ਕੈਨੇਡੀਅਨ ਵਿੰਟਰਸ ਤੇ ਇੱਕ ਸਮਰ ਸੀਜ਼ਨ ਮੈਂ ਦੇਖ ਚੁੱਕਿਆ ਸੋ ਗੱਡੀ ਮੈਂ ਅਰਾਊਂਡ 70,000 ਕਿਲੋਮੀਟਰ ਚਲਾ ਚੁੱਕਿਆ 45 ਤੇ ਲਈ ਸੀ ਹੁਣ 115 ਤੇ ਘੁੰਮ ਰਹੀ ਹੈ ਗੱਡੀ ਐਂਡ ਗੱਡੀ ਤੋਂ ਮੈਂ ਸੈਟਿਸਫਾਈਡ ਹਾਂ ਐਂਡ ਇਹਦੇ ਬਾਰੇ ਮੈਂ ਗੱਲ ਕਰਾਂਗਾ ਕਿ ਮੈਨੂੰ ਪਰਫਾਰਮੈਂਸ ਲੁੱਕਸ ਐਵਰੇਜ ਮਤਲਬ ਜਿਹੜੀ ਫਿਊਲ ਇਕੋਨਮੀ ਹੁੰਦੀ ਆ ਅਤੇ ਇਹਦੇ ਫੀਚਰਸ ਐਂਡ ਆਲ ਮੈਨੂੰ ਕਿੱਦਾਂ ਦਾ ਲੱਗਿਆ ਅਤੇ ਕਿਉਂਕਿ ਮੈਂ ਗੱਡੀ ਕੰਮ ਦੇ ਲਈ ਵੀ ਯੂਜ਼ ਕਰ ਚੁੱਕਿਆ ਪਰਸਨਲ ਤਾਂ ਬੰਦਾ ਯੂਜ਼ ਕਰਦਾ ਹੀ ਕਰਦਾ ਆ ਅਤੇ ਇਹਦੀ ਜੋ ਵੀ ਇੰਸ਼ੋਰੈਂਸ ਵਗੈਰਾ ਜੋ ਵੀ ਮੈਨੂੰ ਖਰਚਾ ਪਾਣੀ ਹੁੰਦਾ ਸਭ ਕੁਛ ਮੈਂ ਕੋਸ਼ਿਸ਼ ਕਰਾਂਗਾ ਇਸ ਵੀਡੀਓ 'ਚ ਕਵਰ ਕਰਾਂ ਐਂਡ ਆਈ ਹੋਪ ਕਿ ਤੁਹਾਨੂੰ ਵੀਡੀਓ ਚੰਗੀ ਲੱਗੇਗੀ ਸੋ ਵੀਡੀਓ ਐਂਡ ਤੱਕ ਦੇਖਿਓ ਤਾਂ ਕਿ ਤੁਹਾਨੂੰ ਇਸ ਗੱਡੀ ਦਾ ਇੱਕ ਵਧੀਆ ਪ੍ਰੋਪਰ ਰਿਵਿਊ ਮਿਲ ਜਾਏ ਸੋ ਚੱਲਦਾ ਆਪਾਂ ਅੱਗੇ ਵੀਡੀਓ ਦੇ ਵਿੱਚ ਆਲ ਰਾਈਟ ਸੋ ਆਈ ਗੈਸ ਆਈ ਵੁੱਡ ਲਾਈਕ ਟੂ ਸਟਾਰਟ ਵਿਦ ਲੁੱਕਸ ਠੀਕ ਹੈ ਜੀ ਲੁੱਕਸ ਇਸ ਗੱਡੀ ਦੀਆਂ ਕਾਫੀ ਵਧੀਆ ਵਾ ਅਗਰ ਆਪਾਂ ਔਨ ਐਵਰੇਜ ਗੱਡੀਆਂ ਦੀ ਕੰਪੈਰੀਜ਼ਨ ਕੀਤਾ ਜਾਵੇ ਜਿੱਦਾਂ ਕਿ ਨਾਲ ਦੀਆਂ ਦੀ ਗੱਡੀਆਂ ਹੈਗੀਆਂ ਐਲਾਂਟਰਾ ਸੋਨਾਟਾ ਵਗੈਰਾ ਹਨਾ ਅਤੇ ਉਹਨਾਂ ਦੇ ਮੁਕਾਬਲੇ ਤਾਂ ਗੱਡੀ ਦੇ ਲੁੱਕਸ ਕਾਫੀ ਬਿਹਤਰ ਆ ਹੁਣ ਮੈਂ ਉਹ ਗੱਡੀਆਂ ਦੇ ਔਨਰਸ ਨੂੰ ਕੋਈ ਬੁਰਾ ਨਹੀਂ ਕਹਿ ਰਿਹਾ ਬਟ ਉਹ ਗੱਡੀਆਂ ਨਵੇਂ ਮਾਡਲਸ ਜਿਹੜੇ ਆ ਜਿਵੇਂ 2020-2021 ਉਹ ਓਕੇ ਆ ਉਹ ਕਾਫੀ ਵਧੀਆ ਦਿਖਦੇ ਆ ਲੇਕਿਨ ਦਿਸ ਗੱਡੀ ਇਜ਼ ਫਰੋਮ 2017 ਸੋ ਅਗਰ 2017 ਦੀਆਂ ਨਾਲ ਦੀ ਗੱਡੀ ਦੇਖੀਆਂ ਜਿਵੇਂ ਜਾਟਾ ਵਗੈਰਾ ਐਲਾਂਟਰਾ ਸੋਨਾਟਾ ਅਤੇ ਉਸ ਮੁਕਾਬਲੇ ਤਾਂ ਇਹ ਗੱਡੀ ਕਾਫੀ ਵਧੀਆ ਸੋ ਲੁਕਸ ਦੇ ਮਾਮਲੇ 'ਚ ਆ ਕੇ ਸਾਈ ਵੁੱਡ ਗਿਵ ਇਟ ਅ ਥੰਬਸ ਅਪ ਕਿਉਂਕਿ ਜੇ ਤੁਸੀਂ ਇਹਨੂੰ ਗੱਡੀ ਨੂੰ ਤੋਂ ਆ ਤੂ ਕੇ ਪੋਲਿਸ਼ ਵਗੈਰਾ ਕਰਕੇ ਬਾਹਰ ਨਿਕਲੋ ਤਾਂ ਤੁਹਾਨੂੰ ਇੱਦਾਂ ਲੱਗੂਗਾ ਨਹੀਂ ਕਿ ਤੁਸੀਂ ਇੱਕ ਨੋਰਮਲ ਜਿਹੇ ਸੈਡਾਨ ਚਲਾ ਰਹੇ ਹੋ ਆਈ ਗੈਸ ਲੁਕਸ ਦੇ ਆਉਣ 'ਚ ਇਟਸ ਬੈਟਰ ਦੈਨ ਐਵਰੇਜ ਇਟ ਇਜ਼ ਗੁੱਡ ਦੈਟਸ ਵਾਟ ਆਈ ਵੁੱਡ ਸੇ ਕਿਉਂਕਿ ਤੁਸੀਂ ਕਾਲਜ ਜਾਂਦੇ ਹੋ ਕੰਮ 'ਤੇ ਜਾਂਦੇ ਹੋ ਕਿਤੇ ਵੀ ਜਾਂਦੇ ਹੋ ਤੁਹਾਨੂੰ ਇੱਦਾਂ ਨਹੀਂ ਲੱਗੂ ਕਿ ਤੁਸੀਂ ਕੋਈ ਚੀਪ ਜਿਹੀ ਗੱਡੀ ਚਲਾ ਰਹੇ ਹੋ ਐਕਚੁਅਲੀ ਚੀਪ ਹੈ ਵੀ ਨਹੀਂ ਬਟ ਫਿਰ ਵੀ ਤੁਹਾਨੂੰ ਇੱਦਾਂ ਨਹੀਂ ਲੱਗੇਗਾ ਲੁਕਸ ਦੇ ਮਾਮਲੇ 'ਚ ਤੁਹਾਨੂੰ ਪੂਰੀ ਸੈਟਿਸਫੈਕਸ਼ਨ ਆਏਗੀ ਬਾਕੀ ਡਿਪੈਂਡਸ ਔਨ ਦਾ ਕਲਰ ਆਫ ਯੋਰ ਵਹੀਕਲ ਮੈਂ ਆਲ ਬਲੈਕ ਲਿੱਤੀ ਹੈ ਮੈਨੂੰ ਸਟਾਰਟਿੰਗ ਤੋਂ ਆਲ ਬਲੈਕ ਹੀ ਵਧੀਆ ਲੱਗਦਾ ਸੀ ਕੱਪੜਿਆਂ ਦੇ ਮਾਮਲੇ 'ਚ ਵੀ ਹਰ ਚੀਜ਼ ਵੀ ਤੁਸੀਂ ਦੇਖੋਗੇ ਸੋ ਮੈਂ ਆਲ ਬਲੈਕ ਲਿੱਤਾ ਸੀ ਆਲ ਬਲੈਕ ਤਾਂ ਕਾਫੀ ਵਧੀਆ ਲੱਗਦਾ ਬਾਕੀ ਤੁਸੀਂ ਵਾਈਟ ਲੈਂਦੇ ਹੋ ਤਾਂ ਫਿਰ ਤੁਹਾਨੂੰ ਇੰਡੀਗਾ ਵਰਗੀ ਫੀਲਿੰਗ ਜ਼ਰੂਰ ਆਉਣ ਲੱਗ ਜਾਏਗੀ ਸੋ ਯਾ ਬਾਕੀ ਲੁਕਸ ਗੱਡੀ ਨੇ ਕਾਫੀ ਵਧੀਆ ਵਾ ਐਂਡ ਤੁਸੀਂ ਦੇਖਿਓ ਮੈਂ ਇੰਸਟਾਗ੍ਰਾਮ ਤੇ ਕਾਫੀ ਫੋਟੋਆਂ ਵਗੈਰਾ ਵੀ ਪਾਉਣਾ ਹੁੰਦਾ ਤੇ ਜਾਂ ਸਟੋਰੀਜ਼ ਪਾਉਣਾ ਹੁੰਦਾ ਤੇ ਉਹਦੇ ਵਿੱਚ ਵੀ ਆ ਗਿਆ ਸਾਨੂੰ ਸਭ ਨੂੰ ਵਧੀਆ ਲੱਗਦੀ ਹੋਣੀ ਗੱਡੀ ਕਿਉਂਕਿ ਅਲੱਗ ਅਲੱਗ ਐਂਗਲ ਤੋਂ ਲਾਉਂਗੇ ਤਾਂ ਤੁਹਾਨੂੰ ਵਧੀਆ ਕਾਫੀ ਵਧੀਆ ਆਈ ਮੀਨ ਫੋਟੋਜ਼ ਵੀ ਮਿਲ ਜਾਣਗੀਆਂ ਸੋ ਯਾ ਗੱਡੀ ਦੇ ਲੁਕਸ ਕਾਫੀ ਵਧੀਆ ਹੁਣ ਆਪਾਂ ਜਿਹੜੀ ਅਗਲੀ ਚੀਜ਼ ਤੇ ਚੱਲਦੇ ਆਗੇ ਉਹ ਮੈਂ ਗੱਲ ਕਰਾਂਗਾ ਫੀਚਰਸ ਦੇ ਬਾਰੇ ਆਲ ਰਾਈਟ ਸੋ ਫੀਚਰਸ ਦੀ ਗੱਲ ਕੀਤੀ ਹੋਈ ਤਾਂ ਮੈਂ ਪੂਰੀ ਲਿਸਟ ਬਣਾ ਕੇ ਰੱਖੀ ਕਿਉਂਕਿ ਫੀਚਰਸ ਇੰਨੇ ਜ਼ਿਆਦਾ ਹੈ ਕਿ ਮੈਂ ਇੱਥੇ ਬੋਲਣ ਲੱਗੂੰਗਾ ਤਾਂ ਮੈਨੂੰ ਅੱਧੇ ਤੋਂ ਜ਼ਿਆਦਾ ਤਾਂ ਭੁੱਲ ਹੀ ਜਾਣੇ ਆ ਸੋ ਮੈਂ ਆਪਣੇ ਫੋਨ ਤੇ ਬਣਾ ਕੇ ਰੱਖੀ ਆ ਤੇ ਮੈਂ ਇੱਥੇ ਤੁਹਾਨੂੰ ਪੜ੍ਹ ਕੇ ਬੋਲਾਂਗਾ ਆਈ ਮੀਨ ਇਹ ਸਾਰੇ ਫੀਚਰ ਜਿਹੜੇ ਮੈਂ ਨੋਟਿਸ ਕੀਤੇ ਹਾਲਾਂਕਿ ਹੋ ਸਕਦਾ ਬਹੁਤ ਸਾਰੇ ਇੱਦਾਂ ਦੇ ਫੀਚਰਸ ਹੋਣ ਜਿਹੜੀ ਮੈਂ ਮੈਂਸ਼ਨ ਕਰ ਰਿਹਾ ਭੁੱਲ ਜਾਵਾਂ ਜਾਂ ਫਿਰ ਆਪਣੇ ਕਿਆ ਕਹਿੰਦੇ ਮੈਨੂੰ ਅੱਜ ਤੱਕ ਪਤਾ ਨਾ ਹੋਣ ਹੋ ਸਕਦਾ ਇੱਦਾਂ ਸੋ ਅੱਜ ਮੈਨੂੰ ਪਹਿਲਾ ਫੀਚਰ ਵਧੀਆ ਲੱਗਦਾ ਕਿ ਕਾਫੀ ਕੂਲ ਹੈਗਾ ਪੁਸ਼ ਟੂ ਸਟਾਰਟ ਨਾ ਆਪਣੇ ਕੋਲ ਇੰਡੀਆ 'ਚ ਆਲਟੋ ਹੁੰਦੀ ਸੀਗੀ ਜਦੋਂ ਮੈਂ ਇੰਡੀਆ ਰਹਿੰਦਾ ਸੀਗਾ ਮੀਨ ਆਲਟੋ ਵੀ ਵੇਚ ਚੁੱਕੇ ਸੀਗੇ ਉਦੋਂ ਬੇਸਿਕਲੀ ਹੁਣ ਤਾਂ ਸਵਿਫਟ ਹੈ ਬਟ ਯਾ ਮੇਨ ਗੱਲ ਹੈਗੀ ਆ ਇਹ ਕਿ ਪੁਸ਼ ਟੂ ਸਟਾਰਟ ਇੰਡੀਆ ਦੀ ਗੱਡੀ 'ਚ ਮੈਨੂੰ ਜ਼ਿਆਦਾਤਰ ਨਹੀਂ ਦੇਖਣ ਨੂੰ ਮਿਲਿਆ ਮੀਨ ਜਦੋਂ ਮੈਂ ਇੰਡੀਆ ਹੁੰਦਾ ਸੀ ਸ਼ਾਇਦ ਮੈਂ ਪੁਸ਼ ਟੂ ਸਟਾਰਟ ਕਦੇ ਦੇਖਿਆ ਵੀ ਨਹੀਂ ਸੀਗਾ ਬਟ ਪੁਸ਼ ਟੂ ਸਟਾਰਟ ਸੀਨ ਕੀ ਹੁੰਦਾ ਵਾ ਕਿ ਤੁਹਾਨੂੰ ਚਾਬੀ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਗੱਡੀ ਆਨ ਕਰਨ ਦੇ ਲਈ ਤੁਸੀਂ ਬੇਸਿਕਲੀ ਜਿੱਦਾਂ ਆਪਾਂ ਰਿਮੋਟ ਤੋਂ ਗੱਡੀ ਅਨਲੋਕ ਕਰ ਦਿੰਦੇ ਹੀ ਤੁਹਾਨੂੰ ਰਿਮੋਟ ਜੇ 'ਚ ਪਾ ਕੇ ਰੱਖੋ ਤੇ ਪੁਸ਼ ਟੂ ਸਟਾਰਟ ਸਿਰਫ ਇੱਦਾਂ ਪੁਸ਼ ਕਰਦੇ ਹੋ ਕਲਿੱਕ ਕਰਦੇ ਹੋ ਦੈਨ ਗੱਡੀ ਆਨ ਹੋ ਜਾਂਦੀ ਆ ਦੈਟਸ ਇਟ ਤੁਹਾਨੂੰ ਗੱਡੀ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਕਈ ਗੱਡੀਆਂ 'ਚ ਇੱਦਾਂ ਦਾ ਫੀਚਰ ਹੁੰਦਾ ਹੈ ਕਿ ਤੁਸੀਂ ਚਾਬੀ ਵੀ ਲਗਾ ਸਕਦੇ ਹੋ ਬਟਨ ਵੀ ਦਬਾ ਸਕਦੇ ਹੋ ਮੇਰੇ ਸਿਰਫ ਬਟਨ ਦਬਾਉਣ ਦਾ ਆਪਸ਼ਨ ਆ ਚਾਬੀ ਲੱਗ ਹੀ ਨਹੀਂ ਸਕਦੀ ਸੋ ਇਹ ਚੀਜ਼ ਕਾਫੀ ਵਧੀਆ ਹੁਣ ਜਿਹੜਾ ਆਪਾਂ ਗੱਡੀ ਦੇ ਰਿਮੋਟ ਦੀ ਗੱਲ ਕਰ ਰਹੇ ਹਾਂ ਤੇ ਉੱਥੋਂ ਮੈਂ ਦੱਸ ਦਿੰਦਾ ਕਿ ਮੇਰੇ ਗੱਡੀ ਤੇ ਜਿਹੜਾ ਡਰਾਈਵਰ ਸਾਈਡ ਦਾ ਡੋਰ ਆ ਉੱਥੇ ਇੱਕ ਕੋਡ ਵੀ ਲੱਗਾ ਹੁੰਦਾ ਸੋ ਜਿਹੜੇ ਬੰਦੇ ਫੋਰਡ ਆਨ ਨਹੀਂ ਕਰਦੇ ਆ ਜਿਹਨਾਂ ਕੋਲ ਆਲੀਆਂ ਗੱਡੀਆਂ ਨਹੀਂ ਆ ਉਹਨਾਂ ਨੂੰ ਨਹੀਂ ਪਤਾ ਹੋਣਾ ਕਿ ਮੇਰੇ ਡਰਾਈਵਰ ਸਾਈਡ ਦੇ ਡੋਰ ਤੇ ਇੱਕ ਉਹ ਆ ਲੌਕ ਪੈਡ ਬੇਸਿਕਲੀ ਫਿਜ਼ੀਕਲ ਨਹੀਂ ਆ ਟੱਚ ਸਕਰੀਨ ਆ ਕੋਡ ਵਾਲਾ ਜੇ ਤੁਹਾਨੂੰ ਕੋਡ ਪਤਾ ਤੁਸੀਂ ਉਹਦੇ ਰਾਹੀਂ ਵੀ ਕੋਡ ਭਰ ਕੇ ਗੱਡੀ ਦੇ ਵਿੱਚ ਐਂਟਰੀ ਲੈ ਸਕਦੇ ਹੋ ਤੁਹਾਡੇ ਕੋਲ ਚਾਬੀ ਵਗੈਰਾ ਕੁਛ ਵੀ ਨਾ ਹੋਵੇ ਤਾਂ ਵੀ ਆਈ ਥਿੰਕ ਸੋ ਇੱਦਾਂ ਹੀ ਕੰਮ ਕਰਦਾ ਬਾਕੀ ਮੈਂ ਕਦੇ ਯੂਜ਼ ਨਹੀਂ ਕਰਿਆ ਉਹਨੂੰ ਸੋ ਆ ਹੁਣ ਅਗਲੀ ਚੀਜ਼ ਹੈਗੀ ਹੈ ਮੇਰੀ ਗੱਡੀ 'ਚ ਹੀਟਡ ਸੀਟਸ ਹੈਗੀਆਂ ਆ ਹੁਣ ਜਿਹੜੇ ਕਿ ਬੰਦੇ ਸਾਰਾ ਦਿਨ ਕੰਮ ਕਾਰ ਕਰਦੇ ਆ ਹਨਾ ਮੇਰੇ ਵਾਂਗ ਫੀਲਡ ਦੇ ਅਤੇ ਉਹਨਾਂ ਦੇ ਮੁੜ ਕੇ ਜਦੋਂ ਕਮਰ ਦੁੱਖਣ ਲੱਗ ਜੇ ਕੁਛ ਹੋ ਜਾਵੇ ਪਿੱਠ ਦੁੱਖਣ ਲੱਗ ਜੇ ਤਾਂ ਹੀਟਡ ਸੀਟਸ ਕਾਫੀ ਜ਼ਿਆਦਾ ਆਰਾਮਦਾਇਕ ਰਹਿੰਦੀਆਂ ਤੁਸੀਂ ਕੰਮ ਤੋਂ ਆਉਂਦੇ ਰਹੀ ਗੱਡੀ 'ਚ ਹੀਟਿੰਗ ਔਨ ਕਰ ਲਓ ਸੀਟਸ 'ਤੇ ਤਾਂ ਤੁਹਾਨੂੰ ਕਾਫੀ ਜ਼ਿਆਦਾ ਰਿਲੈਕਸੇਸ਼ਨ ਫੀਲ ਹੁੰਦੀ ਆ ਹਾਲਾਂਕਿ ਮੇਰੀ ਗੱਡੀ ਦੇ ਵਿੱਚ ਹੀਟਡ ਸਟੀਅਰਿੰਗ ਵੀਲ ਵਗੈਰਾ ਨਹੀਂ ਆ ਅਤੇ ਉਹ ਚੀਜ਼ ਕਾਫੀ ਜ਼ਿਆਦਾ ਦੁੱਖ ਦਿੰਦੀ ਹੈ ਠੰਡਾ ਦੇ ਵਿੱਚ ਕਿਉਂਕਿ ਗੱਡੀ ਔਨ ਕਰੋ ਜਦੋਂ ਠੰਡੀ ਠੰਡੀ ਦਾ ਸਟੀਅਰਿੰਗ ਵੀਲ ਬਹੁਤ ਠੰਡਾ ਹੁੰਦਾ ਹੱਥ ਨਹੀਂ ਪਾਇਆ ਜਾਂਦਾ ਸਟੀਅਰਿੰਗ 'ਤੇ ਜਿਹੜੇ ਬੰਦੇ ਕੈਨੇਡਾ ਨਹੀਂ ਰਹਿੰਦੇ ਉਹਨਾਂ ਨੂੰ ਨਹੀਂ ਪਤਾ ਹੋਣਾ ਕਿ ਕਿੰਨੀ ਠੰਡ ਹੁੰਦੀ ਆ ਬਟ ਆ ਸਟੀਅਰਿੰਗ ਵੀਲ 'ਤੇ ਹੀਟਿੰਗ ਨਹੀਂ ਆ ਉਹ ਥੋੜ੍ਹਾ ਜਿਹਾ ਕੌਨ ਆ ਬਟ ਕੰਮ ਚੱਲ ਜਾਂਦਾ ਆ ਅਤੇ ਜਿਹੜੀ ਹੀਟਡ ਸੀਟਸ ਹੁੰਦੀਆਂ ਉਹ ਸਿਰਫ ਫਰੰਟ ਦੀਆਂ ਹੁੰਦੀਆਂ ਦੋ ਪੈਸੈਂਜਰ ਸੀਟ
ਬਹੁਤ ਜ਼ਿਆਦਾ ਸਪੇਸ ਮਿਲ ਜਾਂਦੀ ਆ। ਬੇਸਿਕਲੀ ਮੈਂ ਪੂਰੇ ਸਾਲ ਦਾ ਸਮਾਨ ਗੱਡੀ 'ਚ ਕੈਰੀ ਕਰਕੇ ਚੱਲਦਾ। ਗਰਮੀਆਂ ਦੇ ਵਿੱਚ ਬਾਰਬੀਕਿਊ ਕਰਨਾ ਹੋਵੇ ਉਹਦਾ ਸਮਾਨ ਵਿੱਚ ਹੀ ਆ, ਸਰਦੀਆਂ ਵਿੱਚ ਜੋ ਵੀ ਚੀਜ਼ਾਂ ਚਾਹੀਦੀਆਂ ਹੋਣ ਉਹਦਾ ਵੀ ਸਮਾਨ ਵਿੱਚ ਹੀ ਆ। ਸੋ ਪ੍ਰੋਪਰ ਮੈਂ ਸਮਾਨ ਵਿੱਚ ਗੱਡੀ ਦਾ ਲੈ ਕੇ ਚੱਲਦਾ ਅਤੇ ਯੂਜਲੀ ਸਾਨੂੰ ਗੱਡੀਆਂ ਦੇ ਵਿੱਚ ਇੰਨੀ ਵੱਡੀ ਡਿੱਗੀ ਦੇਖਣ ਨੂੰ ਨਹੀਂ ਮਿਲਦੀ ਆ। ਅਤੇ ਆਪਾਂ ਸਪੇਸ ਦੀ ਗੱਲ ਤਾਂ ਕਰ ਹੀ ਰਹੇ ਸੀਗੇ, ਸੋ ਮੈਨੂੰ ਆਮ ਰੈਸਟ ਦੇ ਵਿੱਚ ਵੀ ਕਾਫੀ ਸਪੇਸ ਮਿਲ ਜਾਂਦੀ ਆ। ਉਸ ਤੋਂ ਬਾਅਦ ਡੈਸ਼ਬੋਰਡ ਦੇ ਥੱਲੇ ਜਿਹੜਾ ਹੁੰਦਾ ਆ ਪਾਰਟੀ ਖੋਲ੍ਹਣ ਵਾਲਾ, ਉਹਦੇ ਵਿੱਚ ਕਾਫੀ ਸਪੇਸ ਮਿਲ ਜਾਂਦੀ ਆ। ਉਸ ਤੋਂ ਜਿਹੜੇ ਡਰਾਈਵਰ ਜਾਂ ਪੈਸੈਂਜਰ ਡੋਰ ਆ ਉਹਨਾਂ ਦੇ ਵਿੱਚ ਵੀ ਤੁਹਾਨੂੰ ਸਪੇਸ ਕਾਫੀ ਮਿਲ ਜਾਂਦੀ ਆ ਦੇਖਣ ਨੂੰ, ਸਮਾਨ ਸਮੂਨ ਰੱਖਣ ਵਾਲੇ ਪਾਣੀ ਦੀਆਂ ਬੋਤਲਾਂ, ਕੋਲਡ ਡਰਿੰਕ ਦੀਆਂ ਬੋਤਲਾਂ ਵਗੈਰਾ, ਇਹ ਤੁਹਾਨੂੰ ਕਾਫੀ ਆਪਸ਼ਨਸ ਮਿਲ ਜਾਂਦੇ। ਬੇਸਿਕਲੀ ਮੈਂ ਆਪਣੇ ਨਾਲ ਫਸਟ ਏਡ ਕਿੱਟ ਅਤੇ ਦਵਾਈਆਂ ਵਗੈਰਾ ਨਾਲ ਹੀ ਲੈ ਕੇ ਤੁਰਦਾ ਵਾਂ ਅਤੇ ਉਹ ਮੈਂ ਡੈਸ਼ਬੋਰਡ ਦੇ ਥੱਲੇ ਯੂਜਲੀ ਰੱਖਣ ਦੀ ਕੋਸ਼ਿਸ਼ ਕਰਦਾ। ਐਂਡ ਹਰ ਇੱਕ ਸੀਟ ਦੇ ਪਿੱਛੇ ਤੁਹਾਨੂੰ ਪਤਾ ਇੰਡੀਆ ਵਿੱਚ ਵੀ ਹੁੰਦਾ ਸੀਟ ਕਵਰ ਦੇ ਪਿੱਛੇ, ਆਈ ਮੀਨ ਸੀਟ ਦੇ ਵਿੱਚ ਛੋਟਾ ਜਿਹਾ ਬੈਗ ਜਾਂ ਕੰਗਾਰੂ ਪਾਕਟ ਟਾਈਪ ਦਾ ਮਿਲਿਆ ਹੁੰਦਾ, ਤੁਸੀਂ ਉੱਥੇ ਸਮਾਨ ਥੋੜ੍ਹਾ ਰੱਖ ਸਕਦੇ। ਇੱਕ ਚੀਜ਼ ਜਿਹੜੀ ਹੈਗੀ ਕੂਲ ਉਸ ਤੋਂ ਬਾਅਦ ਉਹ ਹੈਗੀ ਆ ਆਟੋਮੈਟਿਡ ਸੀਟ ਐਡਜਸਟਮੈਂਟ। ਆਈ ਮੀਨ ਕਿ ਤੁਹਾਨੂੰ ਮੋਸਟਲੀ ਗੱਡੀਆਂ ਜਿੱਦਾਂ ਪੁਰਾਣੀਆਂ ਗੱਡੀਆਂ ਦੇਖਣ ਜਾਓਗੇ ਤੁਹਾਨੂੰ ਕੀ ਹੁੰਦਾ ਕਿ ਤੁਸੀਂ ਇਹ ਸੀਟ ਅੱਗੇ ਕਰਨੀ ਪਿੱਛੇ ਕਰਨੀ ਆ, ਹੈ ਨਾ, ਕੁਛ ਕਰਨਾ ਤਾਂ ਤੁਹਾਨੂੰ ਹੱਥ ਦੇ ਨਾਲ ਕਰਨਾ ਪੈਂਦਾ, ਥੱਲੇ ਚੁੱਕ ਕੇ ਹੁੰਦਾ ਥੋੜ੍ਹਾ ਜਿਹਾ ਨਾ ਉਹ ਲੀਵਰ ਜਿਹਾ ਖਿੱਚਣ ਵਾਲਾ, ਉਹ ਕਰਨਾ ਪੈਂਦਾ। ਬਟ ਮੇਰੀ ਗੱਡੀ ਤੁਹਾਨੂੰ ਬਟਨ ਮਿਲ ਜਾਂਦੇ, ਉਹਦੇ ਲਈ ਵੀ ਤੁਸੀਂ ਬਟਨ ਦੱਬੋਗੇ ਗੱਡੀ ਦੀ ਸੀਟ ਆਪਣੇ ਆਪ ਅੱਗੇ ਪਿੱਛੇ ਕਿੰਨੀ ਲੰਬੀ ਪਾਣੀ ਕਿੱਦਾਂ ਕਰਨੀ ਆ, ਤੁਹਾਨੂੰ ਪ੍ਰੋਪਰ ਆਪਸ਼ਨ ਮਿਲ ਜਾਊਗੀ, ਕਾਫੀ ਵਧੀਆ ਤਰੀਕੇ ਦੀ ਐਡਜਸਟਮੈਂਟ ਤੁਹਾਨੂੰ ਆਪਸ਼ਨ ਮਿਲ ਜਾਂਦੀ ਹੈ। ਉਸ ਤੋਂ ਬਾਅਦ ਮੋਸਟ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਕਾਰ ਪਲੇ। ਜਿਹਨਾਂ ਨੂੰ ਨਹੀਂ ਪਤਾ ਭਾਅ ਜੀ, ਐਪਲ ਕਾਰ ਪਲੇ ਇਜ਼ ਅ ਬੇਸਿਕ ਨੈਸੈਸਿਟੀ ਜੇ ਤੁਸੀਂ ਕੈਨੇਡਾ ਵਗੈਰਾ 'ਚ ਗੱਡੀ ਚਲਾਉਣਾ ਚਾਹੁੰਦੇ ਹੋ। ਕਿਉਂ? ਕਿਉਂਕਿ ਇਹ ਬਹੁਤ ਵੱਡੀ ਜਗ੍ਹਾ ਆ, ਇੱਥੇ ਤੁਹਾਨੂੰ ਹਰ ਇੱਕ ਰਾਹ ਯਾਦ ਨਹੀਂ ਹੋ ਸਕਦਾ, ਰਾਹ ਯਾਦ ਹੋਣ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਹੈ। ਅਤੇ ਜਿਹੜੇ ਇੱਥੇ ਲੋਕ ਬਹੁਤ ਬਹੁਤ ਸਾਲ ਪਹਿਲਾਂ ਆਏ, ਉਹ 10-15-20 ਸਾਲ ਪਹਿਲਾਂ ਉਹਨੂੰ ਮੈਂ ਦੇਖਦਾ ਕਿ ਉਹ ਵੀ ਗੂਗਲ ਮੈਪਸ ਵਗੈਰਾ ਯੂਜ਼ ਕਰਦੇ ਆ। ਹੁਣ ਗੂਗਲ ਮੈਪਸ ਯੂਜ਼ ਕਰਾਂ ਤਾਂ ਹੀ ਸਾਰਾ ਰਹਿੰਦਾ ਐਪਲ ਕਾਰ ਪਲੇ ਹੋਵੇ। ਐਪਲ ਕਾਰ ਪਲੇ ਨਾਲ ਕਿ ਤੁਹਾਡੀ ਗੱਡੀ ਦੀ ਸਕਰੀਨ 'ਤੇ ਚੱਲਣ ਲੱਗ ਪੈਂਦਾ ਸਭ ਕੁਛ, ਅਤੇ ਤੁਹਾਨੂੰ ਫੋਨ ਦੇ ਉੱਤੇ ਡਾਇਰੈਕਸ਼ਨ ਦੇਖਣ ਦੀ ਜ਼ਰੂਰਤ ਨਹੀਂ ਪੈਂਦੀ। ਅਤੇ ਐਪਲ ਕਾਰ ਪਲੇ ਨਾਲ ਤੁਸੀਂ ਗਾਣੇ ਸੁਣੋ, ਕਿਸੇ ਨੂੰ ਵੀ ਫੋਨ ਲਗਾਓ, ਕੁਛ ਵੀ ਕਰੋ, ਉਹਦੇ ਨਾਲ ਤੁਸੀਂ ਸਿਰੀ ਜਿਹੜੇ ਕਿ ਅਸਿਸਟੈਂਟ ਹੁੰਦਾ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਡਾਇਰੈਕਸ਼ਨ ਪਾਉਣ ਲਈ, ਕਿਸੇ ਨੂੰ ਫੋਨ ਲਗਾਉਣ ਲਈ, ਗਾਣੇ ਪਲੇ ਕਰਨ ਲਈ। ਅਤੇ ਸਾਰੇ ਕੰਟਰੋਲ ਸਾਨੂੰ ਸਟੀਅਰਿੰਗ ਵੀਲ ਦੇ ਵਿੱਚ ਮਿਲ ਜਾਂਦੇ ਆ। ਅਤੇ ਅਗਲੀ ਜਿਹੜੀ ਕੂਲ ਚੀਜ਼ ਹੈਗੀ ਉਹ ਹੈਗੀ ਮੇਰੀ ਜਿਹੜੀ ਗੇਅਰ ਸ਼ਿਫਟ ਦਾ ਸਿਸਟਮ ਨਾ ਹੋਗਾ ਡਾਇਲ ਵਾਲਾ। ਸੋ ਅਗਰ ਕਿਸੇ ਨੇ ਮਰਸੀਡੀਜ਼ ਵਗੈਰਾ ਦੇਖਿਆ ਹੋਣਾ ਉਹਦੇ ਵਿੱਚ ਤੁਹਾਨੂੰ ਡਾਇਲ ਸਿਸਟਮ ਮਿਲਦਾ ਆ, ਉਹਦਾ ਥੋੜ੍ਹਾ ਜਿਹਾ ਹਾਲੇ ਕਿ ਅਲੱਗ ਹੁੰਦਾ, ਬਟ ਇਹ ਵਾਲਾ ਡਾਇਲ ਸਿਸਟਮ ਵੀ ਇਟਸ ਗੁੱਡ ਟੂ ਹੈਵ। ਠੀਕ ਆ, ਨੋਰਮਲ ਤੁਸੀਂ ਗੇਅਰ ਸਟਿਕ ਨਾਲ ਗੇਅਰ ਪਾਉਂਦੇ ਹੋ ਉਹਦੇ ਮੁਕਾਬਲੇ ਇਹ ਚੀਜ਼ ਕਾਫੀ ਕੂਲ ਹੋ ਜਾਂਦੀ ਆ। ਇਹਦੇ ਕਰਕੇ ਕਾਫੀ ਬੰਦੇ ਨੂੰ ਮੇਰੀ ਗੱਡੀ ਵਧੀਆ ਲੱਗਦੀ ਆ। ਸੋ ਯਾਰ, ਦੈਟਸ ਅ ਕੂਲ ਆਪਸ਼ਨ ਟੂ ਹੈਵ। ਐਂਡ ਇੱਕ ਹੋਰ ਚੀਜ਼ ਜਿਹੜੀ ਕਿ ਮੈਂ ਜ਼ਿਆਦਾ ਯੂਜ਼ ਨਹੀਂ ਕਰਦਾ ਹੈਗੀ ਇਹ ਕਿ ਜਦੋਂ ਤੁਸੀਂ ਫਰੰਟ ਸੀਟਾਂ 'ਤੇ ਬਹਿੰਦੇ ਹੋ ਨਾ ਅਤੇ ਆਪਾਂ ਜਦੋਂ ਪੁੱਲ ਕਰਦੇ ਹੁੰਦੇ ਇੱਕ ਮਿਰਰ ਜਿਹਦੇ ਕਿ ਆਪਾਂ ਦੇਖ ਸਕੀਏ ਆਪਾਂ ਕਿੱਦਾਂ ਦੇ ਲੱਗ ਰਿਹਾ ਕਿੱਦਾਂ ਦੇ ਨਹੀਂ, ਮੰਨ ਲਓ ਵਿਆਹ ਵਿਊ 'ਤੇ ਜਾਣਾ ਹੋਵੇ, ਰਾਈਟ, ਅਤੇ ਉੱਥੇ ਤੁਹਾਨੂੰ ਨਾਲ ਲਾਈਟਸ ਵੀ ਆਉਣ ਹੋ ਜਾਂਦੀਆਂ ਆਟੋਮੈਟਿਕਲੀ। ਸੋ ਤਾਂ ਅਸੀਂ ਜਿੱਦਾਂ ਹੀ ਉਹਨੂੰ ਮਿਰਰ ਨੂੰ ਪੁੱਲ ਕਰਕੇ ਖੋਲੂਗੇ ਅਤੇ ਤੁਹਾਨੂੰ ਸ਼ਕਲ ਤਾਂ ਦਿਸੇਗੀ, ਨਾਲ ਦੇ ਨਾਲ ਲਾਈਟਸ ਵੀ ਵੱਜਣਗੀਆਂ ਤੁਹਾਡੇ ਫੇਸ 'ਤੇ, ਕਾਫੀ ਡੀਸੈਂਟ ਜਿਹੀਆਂ ਲਾਈਟਸ ਹੁੰਦੀਆਂ। ਸੋ ਤੁਹਾਨੂੰ ਵਧੀਆ ਦਿਖੇਗਾ ਕਿ ਤੁਸੀਂ ਕਿੱਦਾਂ ਦਾ ਲੱਗ ਰਹੇ ਹੋ, ਕਿੱਦਾਂ ਦਾ ਨਹੀਂ। ਐਂਡ ਇੱਕ ਚੀਜ਼ ਜਿਹੜੀ ਕਿ ਮੈਂ ਆਲਮੋਸਟ ਭੁੱਲ ਗਿਆ ਸੀਗਾ ਹੈਗੀ ਇਹ ਕਿ ਮੇਰੀ ਗੱਡੀ ਦੇ ਜਿਹੜੇ ਬੈਕ ਆ ਨਾ, ਬੇਸਿਕਲੀ ਆਹ ਚੀਜ਼ ਇੱਥੇ ਤੁਹਾਨੂੰ ਲਾਈਨਾਂ ਦਿਖ ਰਹੀਆਂ ਹੋਣੀਆਂ ਆ। ਸੋ ਜਿਹੜੀਆਂ ਲਾਈਨਾਂ ਵਾ ਇਹਦੇ ਵਿੱਚ ਹੀਟਿੰਗ ਸਿਸਟਮ ਆ। ਸੋ ਬੇਸਿਕਲੀ ਜਦੋਂ ਆਪਾਂ ਗੱਡੀ ਦੇ ਅੱਗੇ ਵਾਲਾ ਜਿਹੜਾ ਹੈਗਾ ਵਿੰਡਸ਼ੀਲਡ, ਉੱਥੇ ਆਪਾਂ ਹੀਟਿੰਗ ਔਨ ਕਰਦੇ ਹਾਂ ਤਾਂ ਕਿ ਬਰਫ਼ ਪਿਘਲ ਜਾਵੇ, ਪਿੱਛੇ ਵੀ ਆਪਾਂ ਕਰ ਸਕਦੇ ਤਾਂ ਕਿ ਸਾਨੂੰ ਇੱਕ ਕਲੀਅਰ ਵਿਊ ਮਿਲ ਜਾਵੇ। ਔਰ ਐਂਡ ਨਾਓ ਸੋ ਟਾਕਿੰਗ ਅਬਾਊਟ ਪਰਫੋਰਮੈਂਸ, ਮੈਂ ਕਹੂੰਗਾ ਗੱਡੀ ਦੀ ਪਰਫੋਰਮੈਂਸ ਕਾਫੀ ਵਧੀਆ ਆ। ਗੱਡੀ ਦਾ 2.5 ਲੀਟਰ ਦਾ ਇੰਜਨ ਆ ਜਿਹੜੀ ਅਮੈਰੀਕਨ ਮਾਡਲ ਆ। ਹੁਣ ਜਿਹੜਾ ਨਹੀਂ ਪਤਾ ਗੱਡੀ ਦੇ ਜਿਹੜੇ ਇੰਜਨ ਮੈਂ ਦੇਖਿਆ ਗਿਆ 1.5 ਲੀਟਰ, ਫਿਰ 2 ਲੀਟਰ, ਫਿਰ 2.5 ਲੀਟਰ, ਫਿਰ V6, ਫਿਰ V8। V6 ਅਤੇ V8 ਤਾਂ ਤੁਹਾਨੂੰ ਯੂਜਲੀ ਮਸਕੂਲਰ ਕਾਰਸ ਜਾਂ ਮਸਲ ਕਾਰ ਕਹਿ ਲਈ ਆ, ਉਹਨਾਂ ਦੇ ਵਿੱਚ ਦੇਖਣ ਨੂੰ ਮਿਲਦੇ ਆ। ਸੋ ਉਸ ਤੋਂ ਥੱਲੇ ਆ 2.5 ਲੀਟਰ ਇੰਜਨ, ਬਟ ਉਹਦੇ ਕਰਕੇ ਆਏ ਗਿਆ ਥੋੜ੍ਹੀ ਜਿਹੀ ਗੱਡੀ ਨੂੰ ਪਾਵਰ ਜ਼ਿਆਦਾ ਮਿਲ ਜਾਂਦੀ ਅਤੇ ਉਸੇ ਟਾਈਮ 'ਤੇ ਫਿਊਲ ਇਕੋਨਮੀ ਘੱਟ ਜਾਂਦੀ ਆ। ਜਿੱਦਾਂ ਜਿੱਦਾਂ ਇੰਜਨ ਦਾ ਵਧੀ ਜਾਊਗਾ, ਕਿਆ ਕਹਿੰਦੇ ਲੀਟਰ ਵਾਲਾ ਹਿਸਾਬ ਕਿਤਾਬ ਕਪੈਸਿਟੀ, ਉੱਦਾਂ ਉੱਦਾਂ ਦੀ ਐਵਰੇਜ ਘਟੀ ਜਾਊਗੀ। ਸੋ ਮੇਰੀ ਗੱਡੀ ਐਵਰੇਜ ਹੁੰਦੀ ਆ ਅਰਾਊਂਡ 9 ਲੀਟਰ ਦੇ ਆਸ ਪਾਸ ਜਾਂ ਫਿਰ 10 ਲੀਟਰ ਦੇ ਆਸ ਪਾਸ ਵੀ ਦੇ ਸਕਦੀ ਆ। ਹੁਣ ਜਿਹੜਾ ਉਹਨੂੰ ਨਹੀਂ ਪਤਾ ਕੀ ਹਿਸਾਬ ਹੁੰਦਾ, ਕਹਿਣ ਵਿੱਚ ਦੇਖਿਆ ਜਾਂਦਾ ਆ ਲੀਟਰ ਪਰ 100 ਕਿਲੋਮੀਟਰ। 10 ਲੀਟਰ ਪਰ 100 ਕਿਲੋਮੀਟਰ, ਯਾਨੀ ਕਿ 1 ਲੀਟਰ ਸਾਨੂੰ 10 ਕਿਲੋਮੀਟਰ ਦੀ ਐਵਰੇਜ ਆਈ। ਹੁਣ 9 ਲੀਟਰ ਪਰ 100 ਕਿਲੋਮੀਟਰ ਆ ਗਿਆ ਅਰਾਊਂਡ, ਤੁਹਾਨੂੰ ਐਵਰੇਜ ਆਈ 9 ਕਿਲੋਮੀਟਰ ਦੀ ਮੇ ਬੀ, ਜਾਂ ਹੁਣ ਮੇਰਾ ਮੈਥ ਗਲਤ ਵੀ ਹੋ ਸਕਦਾ, ਬਟ ਦੈਟ ਇਜ਼ ਲਾਈਕ ਬੇਸਿਕ ਜਿਹੜਾ ਮੈਨੂੰ ਹੈਗਾ ਆਈਡੀਆ ਕਿ ਗੱਡੀ ਮੇਰੇ ਐਵਰੇਜ ਕਿੰਨੀ ਦਿੰਦੀ ਆ, 8 ਕਿਲੋਮੀਟਰ 9 ਕਿਲੋਮੀਟਰ ਦਿੰਦੀ ਆ ਅਗਰ ਮੈਂ ਸ਼ਹਿਰ ਦੇ ਵਿੱਚ ਚਲਾਉਂਦਾ। ਐਂਡ ਸ਼ਹਿਰ ਤੁਹਾਨੂੰ ਪਤਾ ਟ੍ਰੈਫਿਕ ਐਂਡ ਆਲ ਦੇ ਕਰਕੇ ਐਵਰੇਜ ਯੂਜਲੀ ਘੱਟ ਜਾਂਦਾ, ਬਟ ਹਾਈਵੇ 'ਤੇ ਮੈਂ ਜਾਵਾਂ ਅਤੇ 6 ਲੀਟਰ 7 ਲੀਟਰ ਦੇ ਆਸ ਪਾਸ 20-100 ਕਿਲੋਮੀਟਰ ਘੱਟ ਜਾਂਦੀ ਹੈ। ਸੋ ਦੈਟ ਇਜ਼ ਗੁੱਡ। ਐਂਡ ਗੱਡੀ ਦਾ ਇੰਜਨ ਥੋੜ੍ਹਾ ਜਿਹਾ ਪਾਵਰਫੁੱਲ ਆ, ਠੀਕ ਆ, ਮਸਤ ਹੈ, ਕਿਉਂਕਿ ਮੇਰੀ ਗੱਡੀ ਇੱਕ ਵਾਰ ਸਨੋਅ ਦੇ ਵਿੱਚ ਫਸ ਚੁੱਕੀ ਸੀ। ਮੈਂ ਕਰੀ ਬਲੂ ਮਾਊਂਟੇਨ ਤੋਂ ਆਇਆ ਸੀਗਾ ਰਾਤ ਦੇ ਟਾਈਮ, ਗੱਡੀ ਮੈਂ ਪੁੱਲ ਓਵਰ ਕਰਨੀ ਸੀਗੀ, ਮੈਨੂੰ ਪਤਾ ਲੱਗਾ ਸਾਈਡ 'ਤੇ ਕੀ ਕਿਆ ਕਹਿੰਦੇ ਆ
ਚਾਹੇ 15 ਬੰਦਿਆਂ ਨੇ ਲਾ ਕੇ ਧੱਕਾ ਕਿਉਂ ਨਾ ਲਾਇਆ ਹੋਇਆ, ਆਪਾਂ ਸਾਰੇ ਯਾਰ ਦੋਸਤਾਂ ਨੇ ਮਿਲ ਕੇ, ਬਟ ਗੱਡੀ ਬਾਹਰ ਆਉਣੀ ਆਈ ਗੈਸ ਐਸ ਕੰਪੇਅਰ ਟੂ ਲਾਂਟਰਾ ਵਗੈਰਾ 2.5 ਲੀਟਰ ਆਈ ਗੈਸ ਇਟ ਇਜ਼ ਗੁੱਡ ਟੂ ਹੈਵ, ਵਧੀਆ ਪਰਫੋਰਮ ਕਰਦੀ ਹੈ। ਐਂਡ ਉੱਦਾਂ ਪਰਫੋਰਮੈਂਸ ਕੀਤੀ ਜਾਵੇ, ਗੱਲ ਕੀ ਫੀਲ ਕਿੱਦਾਂ ਆਉਂਦੀ ਹੈ, ਫੀਲ ਆਈ ਗੈਸ ਤੁਹਾਨੂੰ ਮਸਕੂਲਰ ਵਾਲੀ ਤਾਂ ਫੋਰ ਸ਼ੋਰ ਨਹੀਂ ਆਉਣ ਲਈ, ਉਹ ਤਾਂ ਕੋਈ ਡਾਊਟ ਹੀ ਨਹੀਂ ਹੈਗਾ, ਬਟ ਹਾਂ ਤੁਹਾਨੂੰ ਉੱਦਾਂ ਵਧੀਆ ਇਹਦੀ ਪਿਕਅਪ ਐਂਡ ਆਲ ਆਈ ਗੈਸ ਦੈਟਸ ਦਾ ਓਨਲੀ ਰੀਜ਼ਨ ਕਿ ਤੁਸੀਂ ਇੱਥੇ ਆਪਣੇ ਕੈਨੇਡਾ ਅਤੇ ਅਮਰੀਕਾ 'ਚ ਫੋਰਡ ਦੀਆਂ ਗੱਡੀਆਂ ਦੇਖਦੇ ਹੋ ਪੁਲਿਸ ਦੇ ਕੋਲ। ਹੁਣ ਤਾਂ ਖੈਰ ਡੋਜ ਵੀ ਆ ਗਈਆਂ ਆਪਣੇ ਬਰੈਂਪਟਨ ਵਾਲੇ ਏਰੀਆ ਦੇ ਵਿੱਚ, ਬਟ ਫੋਰਡ ਦੀਆਂ ਗੱਡੀਆਂ ਤੁਸੀਂ ਦੇਖਦੇ ਹੋ ਨਾ, ਤੁਸੀਂ ਸਮਝ ਸਕਦੇ ਹੋ ਕਿ ਗੱਡੀਆਂ ਭੱਜਦੀਆਂ ਆ, ਦੈਟਸ ਵਾਈ ਉਹ ਲੋਕ ਪੁਲਿਸ ਵਾਲੇ ਇੱਥੇ ਫੋਰਡ ਲੈ ਕੇ ਘੁੰਮਦੇ ਆ। ਸੋ ਫੋਰਡ ਇਜ਼ ਗੁੱਡ, ਠੀਕ ਹੈ, ਜਿਹੜਾ ਮੈਂ ਚਲਾਉਣਾ ਵਾ 2.5 ਲੀਟਰ ਇਹਦੇ ਨਾਲ ਜਾਂ ਵਧੀਆ ਭੱਜ ਲੈਂਦੀ ਹੈ, ਤੁਸੀਂ ਬੰਦਿਆਂ ਹੀ ਚਲਾਉਂਗੇ ਐਵਰੇਜ ਵੀ ਵਧੀਆ ਆਜੂਗੀ, ਤੁਸੀਂ ਥੋੜ੍ਹੀ ਬਹੁਤ ਭਜਾਉਣਾ ਚਾਹੁੰਦੇ ਹੋ ਥੋੜ੍ਹੀ ਬਹੁਤ ਭੱਜ ਵੀ ਜਾਊਗੀ ਅਤੇ ਜਾਂ ਅਤੇ ਐਂਡ ਵਿੱਚ ਆ ਗਿਆ ਮੈਂ ਗੱਲ ਕਰਾਂਗਾ ਇਹਦੇ ਪ੍ਰਾਈਸ ਦੀ। ਪ੍ਰਾਈਸ ਇਹਦੀ ਨਵੀਂ ਦਾ ਆਈ ਡੋਂਟ ਨੋ ਕਿੰਨਾ, ਨਵੀਂ ਦਾ ਆ ਗਿਆ 30K ਤੋਂ ਉੱਪਰ ਹੀ ਹੋਏਗਾ, ਬਟ ਜਦੋਂ ਮੈਂ ਲੈਣ ਗਿਆ ਸੀਗਾ ਉਦੋਂ ਮੈਨੂੰ ਲਿਸਟਿੰਗ ਪ੍ਰਾਈਸ ਮਿਲਿਆ ਸੀ $15,000, ਠੀਕ ਹੈ, $15,000। ਤੁਸੀਂ ਕਹੋਗੇ ਇੰਨਾ ਸਸਤਾ ਕਿੱਦਾਂ, ਇਹਨੂੰ ਜਦੋਂ ਆਪਾਂ ਟੋਟਲ ਕਰਨ ਆਉਂਗੇ 25,000 ਦੇ ਆਸਪਾਸ ਪਹੁੰਚ ਜਾਂਦਾ ਹੈ। ਕਿੱਦਾਂ 15,000 ਦਾ ਲਿਸਟਿੰਗ ਪ੍ਰਾਈਸ ਸੀਗਾ, ਟੈਕਸ ਲਾਈਸੈਂਸਿੰਗ ਪਾ ਕੇ ਬਣਿਆ 19,000, ਉਸ ਤੋਂ ਬਾਅਦ ਲੋਨ ਇੰਟਰਸਟ ਵਗੈਰਾ ਸਭ ਪਾ ਕੇ $24,000। ਸੋ ਮੈਨੂੰ ਗੱਡੀ ਅਰਾਊਂਡ ਇੰਡੀਆ ਸਾਨੂੰ 13 ਲੱਖ ਰੁਪਏ ਪੈ ਗਈ, ਅਗਰ ਮੈਂ ਕਨਵਰਜਨ ਰੇਟ ਲਵਾਂ 13-13.5 ਲੱਖ ਰੁਪਏ। ਐਂਡ ਯਾ, ਬਾਕੀ ਗੱਡੀ ਦੇ ਅਲੋਏ ਵੀਲਸ ਆ, ਆਲ ਵੀਲ ਡਰਾਈਵ ਤਾਂ ਨਹੀਂ ਹੈ, ਖੈਰ ਫਰੰਟ ਵੀਲ ਡਰਾਈਵ ਆ, ਬਟ ਇਟ ਇਜ਼ ਓਕੇ। ਕੁਛ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਇੰਨੀਆਂ ਵਧੀਆ ਨਹੀਂ ਆ, ਬਟ ਜਿਹੜਾ ਮੈਂ ਪ੍ਰਾਈਸ ਪੇ ਕਰਦਾ ਵਿੱਚ $300 ਏ ਮੰਥ, ਇਟ ਇਜ਼ ਫਾਈਨ, ਇਟ ਇਜ਼ ਐਕਚੁਲੀ ਗੁੱਡ, ਬੈਟਰ ਦੈਨ ਫਾਈਨ। ਸੋ ਯਾ, ਮੈਂ ਇਹੀ ਕਹੂੰਗਾ ਕਿ ਮੈਂ ਤਾਂ ਭਾਅ ਜੀ ਸੈਟਿਸਫਾਈਡ ਹਾਂ। ਬਾਕੀ ਡਿਪੈਂਡ ਕਰਦਾ ਤੁਸੀਂ ਕਿਹੜੀ ਗੱਡੀ ਲੈਂਦੇ ਹੋ, ਕਿੱਦਾਂ ਦੀ ਕੰਡੀਸ਼ਨ 'ਚ ਲੈਂਦੇ ਹੋ, ਠੀਕ ਹੈ ਜੀ, ਉਹਦੇ 'ਚ ਕੀ ਫੀਚਰਸ ਮਿਲਦੇ ਆ, ਕਿਉਂਕਿ ਕਈਆਂ ਤੁਹਾਨੂੰ ਲੈਦਰ ਸੀਟ ਨਹੀਂ ਮਿਲੂਗੀ, ਕਈਆਂ ਤੁਹਾਨੂੰ ਕੁਛ ਨਹੀਂ ਮਿਲੇਗਾ ਕੁਛ, ਹੈ ਨਾ, ਮਤਲਬ ਇੱਕ ਅੱਧੀ ਚੀਜ਼ ਉੱਪਰ ਥੱਲੇ ਹੁੰਦੀ ਰਹਿੰਦੀ ਹੈ ਤਾਂ ਹੀ ਪ੍ਰਾਈਸ ਦਾ ਡਿਫਰੈਂਸ ਆਉਂਦਾ ਹੁੰਦਾ। ਸੋ ਦਾ ਵਹੀਕਲ ਆ ਡਰਾਈਵ, ਆਈ ਐਮ ਸੈਟਿਸਫਾਈਡ, ਐਂਡ ਗੱਡੀ ਦਾ ਲੋਨ ਹੈਗਾ 7 ਸਾਲ ਦਾ, ਬਟ ਹੋਪਫੁਲੀ ਮੈਂ ਇੰਨੀ ਡਰਾਈਵ ਨਹੀਂ ਕਰਨ ਲੱਗਾ, ਲੇਕਿਨ ਮੈਂ ਕੋਸ਼ਿਸ਼ ਕਰਨ ਲੱਗਾ ਕਿ ਮੈਂ ਇਹਨੂੰ ਗੱਡੀ ਨੂੰ ਵੈਲ ਮੇਨਟੇਨ ਰੱਖਾਂ ਤਾਂ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਦੇਰ ਤੱਕ ਇਹਨੂੰ ਚਲਾ ਸਕਾਂ, ਕਿਉਂਕਿ ਹੁਣ ਇੰਨੀ ਇਹਦੀ ਪੇ ਕਰਦੇ ਹਾਂ ਅਤੇ ਕਿਉਂ ਨਾ ਆਪਾਂ ਵਧੀਆ ਤਰੀਕੇ ਨਾਲ ਡਰਾਈਵ ਕਰੀਏ। ਇੰਸ਼ੋਰੈਂਸ ਦੀ ਗੱਲ ਕੀਤੇ ਹੋਏ, ਮੈਂ ਸਕਾਰਬਰੋ ਤੋਂ ਮਿਸਿਸਾਗਾ ਜਦੋਂ ਮੂਵ ਹੋਇਆ, ਬੇਸਿਕਲੀ ਮਿਸਿਸਾਗਾ ਦਾ ਇਟੋਵਿਕ ਉਹਦੇ ਬਾਰਡਰ ਗਏ ਤੇ, ਅਤੇ ਮੇਰੀ ਇੰਸ਼ੋਰੈਂਸ $390 ਏ ਮੰਥ ਤੋਂ ਆ ਗਈ $630, ਐਂਡ ਮੇਰੀ ਜਿਹੜੀ ਗੱਡੀ ਦੀ EMI ਹੈਗੀ ਉਹ ਹੈਗੀ $300 Canadian. ਸੋ $300 Canadian ਹੈਗੀ EMI, $600 ਦੀ ਹੈਗੀ ਨਾ ਇੰਸ਼ੋਰੈਂਸ। ਸੋ ਪ੍ਰਾਈਸ ਬੇਸਿਕਲੀ ਇੰਸ਼ੋਰੈਂਸ ਕਰਕੇ ਮੈਂ ਜ਼ਿਆਦਾ ਪੇ ਕਰ ਰਿਹਾ, ਅਦਰਵਾਈਜ਼ ਗੱਡੀ ਦੀ ਇੰਨੀ ਪ੍ਰਾਈਜ਼ ਨਹੀਂ ਮੈਂ ਕੋਈ ਪੇ ਕਰ ਰਿਹਾ ਹੈਗਾ। ਐਂਡ ਸਰਵਿਸ ਵੀ ਇਹਦੀ ਠੀਕ ਠਾਕ ਹੋਈ, ਕੋਈ ਇੰਨੀ ਜ਼ਿਆਦਾ ਮਹਿੰਗੀ ਨਹੀਂ ਆ, ਬਟ ਹਾਂ ਟੋਇਟਾ ਜਾਂ ਆਈ ਗੈਸ ਵੋਲਕਸਵੈਗਨ ਦੇ ਮੁਕਾਬਲੇ ਜਾਂ ਜਿੱਦਾਂ ਵੀ ਹੁੰਡਾ ਦੇ ਮੁਕਾਬਲੇ ਜ਼ਿਆਦਾ ਇਹਦੀ ਮੇਨਟੇਨੈਂਸ ਕੋਸਟ ਪੈਂਦੀ ਹੈ ਸਾਨੂੰ, ਬਟ ਗੱਡੀ ਇਜ਼ ਗੁੱਡ, ਗੁੱਡ, ਦਿਸ ਵਨ ਇਜ਼ ਗੁੱਡ, ਇਹੀ ਮੈਂ ਕਹਿਣਾ ਚਾਹੁੰਗਾ। ਹੁਣ ਗੁੱਡ ਗੁੱਡ ਕਹਿ ਕਹਿ ਕੇ ਮੈਂ ਥੱਕ ਚੁੱਕਾ, ਹੁਣ ਆਈ ਗੈਸ ਮੈਂ ਇੱਥੇ ਵੀਡੀਓ ਐਂਡ ਕਰ ਦਿੰਦਾ, ਕਿਉਂਕਿ ਠੰਡ ਥੋੜ੍ਹੀ ਥੋੜ੍ਹੀ ਹੋਣ ਲੱਗ ਪਈ ਆ, ਕਿਉਂਕਿ ਆਪਣਾ ਸਨਸੈਟ ਹੋ ਰਿਹਾ। ਐਂਡ ਯਾ, ਆਈ ਹੋਪ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਮੈਂ ਟਰਾਈ ਕੀਤਾ ਕਿ ਮੈਂ ਜਿੰਨਾ ਜ਼ਿਆਦਾ ਚੀਜ਼ਾਂ ਇੰਕਲੂਡ ਕਰ ਸਕਾਂ ਕਰ ਲਵਾਂ, ਤਾਂ ਕਿ ਤੁਹਾਨੂੰ ਡਿਸੀਜਨ ਲੈਣ 'ਚ ਸੌਖ ਰਹੇ, ਅਗਰ ਤੁਸੀਂ ਇਹ ਖਰੀਦਣਾ ਚਾਹੁੰਦੇ ਹੋ ਜਾਂ ਕਿਹੜੀ ਵੀ ਖਰੀਦਣਾ ਚਾਹੁੰਦੇ ਹੋ, ਬੇਸਿਕਲੀ ਜਸਟ ਡਿਪੈਂਡ ਕਿ ਤੁਹਾਨੂੰ ਮਾਰਕੀਟ 'ਚ ਕਿਹੜੇ ਆਪਸ਼ਨ ਅਵੇਲੇਬਲ ਜੇ ਤੁਸੀਂ ਗੱਡੀ ਖਰੀਦਣ ਜਾਂਦੇ ਹੋ। ਅਤੇ ਯਾ, ਫਿਰ ਆ ਗਿਆ ਸੁਣਦੇ ਹਾਂ ਕਿਸੇ ਅਗਲੀ ਵੀਡੀਓ, ਤਦ ਤੱਕ ਲਈ ਚੰਗਾ।